ਤਾਂ ਬਾਹਰ ਗਏ ਪਰਿਵਾਰ ਦੇ ਘਰ ਦੇ ਵਿੱਚ ਚੋਰ ਵੜ ਜਾਂਦੇ ਨੇ ਤੇ ਲੱਖਾਂ ਦੇ ਗਹਿਣੇ ਚੁੱਕ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਇਹ ਪਰਿਵਾਰ ਵਾਪਸ ਆਪਣੇ ਘਰ ਆਉਂਦਾ ਹੈ ਤਾਂ ਇਹਨਾਂ ਦੇ ਹੋਸ਼ ਉੱਡ ਜਾਂਦੇ ਨੇ ਤਾਂ ਘਰ ਦਾ ਲੌਕ ਟੁੱਟਿਆ ਹੁੰਦਾ ਹੈ ਤੇ ਅੰਦਰ ਸਾਰਾ ਸਮਾਨ ਬਿਖਰਿਆ ਹੁੰਦਾ ਹੈ, ਜਿਸ ਤੋਂ ਬਾਅਦ ਤੁਰੰਤ ਇਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਸਵੇਰੇ 8 ਵਜੇ ਦੇ ਕਰੀਬ ਘਰੋਂ ਗਏ ਸੀ ਤਾਂ ਜਿਵੇਂ ਹੀ ਦੁਪਹਿਰੇ 1 ਵਜੇ ਵਾਪਸ ਆਉਂਦੇ ਹਾਂ ਤਾਂ ਸਾਨੂੰ ਚੋਰੀ ਦਾ ਪਤਾ ਲੱਗਦਾ ਹੈ। ਤਾਂ ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ 3 ਤੋਲੇ ਸੋਨੇ ਦੀ ਚੈਨ, 3 ਸੋਨੇ ਦੀਆਂ ਮੁੰਦੀਆਂ, 3 ਕਾਂਟੇ ਦੀਆਂ ਜੋੜੀਆਂ ਅਤੇ 1 ਵਾਲੀਆਂ ਦੇ ਜੋੜੇ ਸਮੇਤ 70,000 ਰੁਪਏ ਦੀ ਨਕਦੀ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਵੱਡੀ ਵਾਰਦਾਤ ਇਹਨਾਂ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਕੀਤੀ ਗਈ ਹੈ, ਜਿੱਥੇ ਬਾਹਰ ਗਏ ਪਰਿਵਾਰ ਦੇ ਘਰ ਦੇ ਵਿੱਚ ਵੜਦੇ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਈ, ਅਸੀਂ ਪਿੰਡ ਨੂੰ ਗਏ ਸੀਗੇ, ਜਦ ਅਸੀਂ ਮੁੜ ਕੇ ਆਏ ਹੈਗੇ ਹਾਂ, ਮੁੜ ਕੇ ਦੇਖਿਆ ਤਾਂ ਬਾਹਰਲਾ ਲੋਕ ਸਾਡੇ ਲੱਗਾ ਸੀ ਗੇਟ ਵਾਲਾ, ਜਦੋਂ ਅੰਦਰਲਾ ਲੋਕ ਖੋਲਿਆ ਤਾਂ ਉਹ ਟੁੱਟਿਆ ਸੀਗਾ। ਮੈਂ ਸੋਚਿਆ ਕਿ ਸ਼ਾਇਦ ਮੈਂ ਲਾਉਣਾ ਹੀ ਭੁੱਲ ਗਈ ਹਾਂ, ਮੈਂ ਇਹ ਵੀ ਨਹੀਂ ਦੇਖਿਆ। ਜਦ ਮੈਂ ਅੰਦਰਲਾ ਮੁੜ ਕੇ ਸੈਂਟਰ ਲੋਕ ਲੱਗੀ ਖੋਲਣਾ ਤਾਂ ਉਹ ਸਾਰਾ ਟੁੱਟਾ ਪਿਆ ਸੀ। ਮੈਂ ਇਹਨਾਂ ਨਾਲ ਹੀ ਕਿਹਾ, ਮੈਂ ਕਿਹਾ ਹਾਏ, ਮੈਂ ਕਿਹਾ ਸਾਡੇ ਤਾਂ ਘਰ ਚੋਰੀ ਹੋ ਗਈ ਜਿੰਦੇ, ਮੈਂ ਕਿਹਾ ਟੁੱਟੇ ਪਏ ਆ। ਜਦ ਅਸੀਂ ਮੁੜ ਕੇ ਆ ਕੇ ਸਟੋਰ ਦੇਖਿਆ, ਆਹ ਦੇਖਿਆ ਸਭ ਕੁਛ। ਭਾਜੀ, ਮੇਰੇ 3 ਤੋਲੇ ਦੀ ਚੈਨੀ ਸੀਗੀ, ਮੇਰਾ ਭਰਾ ਡਵੇਹੀ ਤੋਂ ਲੈ ਕੇ ਆਇਆ ਸੀ ਮੇਰੇ ਲਈ 3 ਤੋਲੇ। ਮੇਰੀਆਂ 3 ਅੰਗੂਠੀਆਂ ਸੀਗੀਆਂ 6.5 ਗ੍ਰਾਮ ਦੀਆਂ, 3 ਮੇਰੇ ਕੰਨਾਂ ਦੇ ਕਾਂਟੇ ਸੀ, 1 8.5 ਗ੍ਰਾਮ ਦੇ ਸੀ, 1 6.5 ਗ੍ਰਾਮ ਦੇ ਸੀ, 1 ਮੇਰੇ 5 ਗ੍ਰਾਮ ਦੀਆਂ ਵਾਲੀਆਂ ਸੀਗੀ, ਤੇ ਪੈਸਾ 70-80,000 ਰੁਪਈਆ ਸੀਗਾ। ਟੋਟਲ ਕਿੰਨਾ ਕੁ ਨੁਕਸਾਨ ਹੋਇਆ ਜੀ? ਟੋਟਲ ਤੁਸੀਂ ਦੇਖ ਲਓ, 4-4.5 ਲੱਖ ਦਾ ਨੁਕਸਾਨ ਹੋਇਆ। ਅਸੀਂ ਅੱਜ ਟੈਲਾਂ ਲੈਣ ਜਾਣਾ ਸੀ, ਅਸੀਂ ਸਾਡੇ ਪਿੰਡ ਵੀ ਟੈਲਾਂ ਲੱਗਣੀਆਂ, ਸਾਡੇ ਇੱਥੇ ਵੀ ਟੈਲਾਂ ਲੱਗਣੀਆਂ ਸੀ, ਕੱਲ ਨੂੰ ਸਾਡੇ ਮਿਸਤਰੀ ਲੱਗਣਾ ਸੀਗਾ। ਕਿਹੜੇ ਜਗ੍ਹਾ ਪਿੰਡ ਤੇ? ਕਿਹੜੇ ਪਿੰਡ ਗਏ ਸੀ? ਪਿੰਡ ਸਾਡਾ ਬਸੀ ਮੁੱਦਾ। ਠੀਕ ਹੈ ਜੀ, ਕਦੋਂ ਗਏ ਸੀਗੇ ਉੱਥੇ? ਅਸੀਂ ਸਵੇਰ ਭਾਈ 8:30 ਵਜੇ ਗਏ ਹਾਂ। ਤੇ ਇੱਥੋਂ ਪੁਰਹੀਰਾ ਪੁਲਿਸ ਚੌਂਕੀ ਕਿੰਨੀ ਕੁ ਦੂਰ ਆ? ਲੱਗੇ ਹੀ ਆ, ਤਾਂ 2 ਮਿੰਟ ਦਾ ਰਸਤਾ ਹੋਣਾ ਹੈ। ਤਾਂ ਕਿੰਨੇ ਟਾਈਮ ਬਾਅਦ ਆਏ ਇਹ? ਸਾਨੂੰ ਤਾਂ ਘੰਟਾ ਹੋ ਗਿਆ ਫੋਨ ਕੀਤੇ ਨੂੰ ਇਹਨਾਂ ਨੂੰ। ਦੇਰ ਲੇਟ ਆਏ ਇਹ? ਬਹੁਤ ਲੇਟ ਆਏ, ਤਾਂ ਦੇਖਦੇ ਸਾਡੇ ਆਂਢੀ ਗੁਆਂਢੀਆਂ ਨੇ ਵੀ ਫੋਨ ਕੀਤੇ ਹੈਗੇ ਆ, ਹੁਣ ਜਾ ਕੇ ਆਏ, ਜਦੋਂ ਤੁਸੀਂ ਆਏ ਉਦੋਂ ਹੀ ਆਏ ਹੈਗੇ। ਕਿੰਨੇ ਫੋਨ ਕੀਤੇ ਨਾ ਚੌਂਕੀ ਵਾਲਿਆਂ ਨੂੰ? ਅਸੀਂ ਕਿੰਨੀ ਵਾਰੀ ਇਹਨਾਂ ਨੂੰ ਫੋਨ ਕਰ ਲਈਦਾ, 10-10-15 ਮਿੰਟ ਬਾਅਦ ਕਹਿੰਦੇ ਆਉਂਦੇ ਆਉਂਦੇ। ਮੇਰੇ ਫੋਨ 'ਤੇ ਵੀ ਇਹਨਾਂ ਦੇ 2 ਫੋਨ ਆਏ, ਮੈਡਮ ਕਿੱਥੇ ਤੁਹਾਡਾ ਘਰ ਆ? ਮੈਂ ਕਿਹਾ ਇੱਥੇ ਸਾਡਾ ਘਰ ਆ, ਤੁਹਾਨੂੰ ਬਸ ਕਹਿੰਦੇ ਅਸੀਂ ਆ ਰਹੇ ਹਾਂ ਆ ਰਹੇ ਹਾਂ। ਕਿੰਨੀ ਲੇਟ ਆਏ ਫਿਰ? ਘੰਟਾ ਕੁ ਹੋ ਗਿਆ ਇਹਨਾਂ ਨੂੰ, ਘੰਟੇ ਕੁ ਬਾਅਦ ਆਏ ਹੈਗੇ, 1-1.5 ਘੰਟੇ ਬਾਅਦ ਹੀ ਆਏ ਆ। ਠੀਕ ਹੈ ਜੀ, ਅਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਆਪਣਾ? ਮੰਗ ਦੇਖੋ ਜੀ, ਜੋ ਸਾਡਾ ਸਮਾਨ ਚੋਰੀ ਹੋਇਆ ਹੈਗਾ ਆ, ਸਾਡਾ ਸਮਾਨ ਸਾਨੂੰ ਮਿਲ ਜਾਵੇ, ਸਾਡੇ ਪੈਸੇ ਮਿਲ ਜਾਣ, ਮੇਰੇ ਗਹਿਣੇ ਮਿਲ ਜਾਣ। ਮੇਰੇ ਭਰਾ ਦੀ ਨਿਸ਼ਾਨੀ ਸੀ, ਮੇਰਾ ਭਰਾ ਮੇਲੇ ਬਾਹਰੋਂ ਲੈ ਕੇ ਆਇਆ ਸੀ ਡਬਈ ਤੋਂ। ਨਕਦੀ ਕਿੰਨੀ ਸੀਗੀ? 60-70 ਹਜ਼ਾਰ ਦੀ ਨਕਦੀ ਭਾਅ ਜੀ, 70-80 ਹਜ਼ਾਰ ਰੁਪਈਆ ਸੀ।